ਮੈਨੂੰ ਬਹੁਤ ਹੀ ਚੰਗਾ ਲੱਗ ਰਿਹਾ। ਮੈਂ ਮਨਾਰਾ ਚੋਪੜਾ ਪਹਿਲੀ ਵਾਰ ਲੁਧਿਆਣਾ ਆਈ ਹਾਂ ਅਤੇ ਬਿਗ ਬੋਸ ਜਿੱਤਣ ਦੇ ਬਾਅਦ ਅਤੇ ਫਸਟ ਟਾਈਮ ਯੂ ਨੋ ਆਮ ਕਮਿੰਗ ਹੇਅਰ, ਆਈ ਵਾਜ਼ ਇਨ ਦਾ ਟੋਪ 3 ਇਨ ਬਿਗ ਬੋਸ ਐਂਡ ਇੰਨੀ ਪੂਰੀ ਜਨਤਾ ਨੇ ਇੰਨਾ ਇੰਨਾ ਪਿਆਰ ਦਿੱਤਾ, ਇੰਨਾ ਲਵ, ਇੰਨਾ ਸਪੋਰਟ, ਅਤੇ ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ। ਅਤੇ ਇਸ ਵਾਰੀ IIA ਅਤੇ IIA ਦੇ ਨਾਲ ਮੈਂ ਐਸੋਸੀਏਟ, ਆਲਵੇਜ਼ ਆਈ ਹੈਵ ਬੀਨ ਐਸੋਸੀਏਟਡ ਵਿਦ ਦੈਮ। ਅਤੇ ਉਹਨਾਂ ਦਾ ਜਦੋਂ ਬੋਲੀਵੁੱਡ ਦਾ ਇਵੈਂਟ ਹੋਇਆ ਸੀ ਅਤੇ ਮੈਂ ਪਰਫੋਰਮ ਵੀ ਕੀਤਾ ਅਤੇ ਮੈਨੂੰ ਅਵਾਰਡ ਵੀ ਮਿਲਿਆ ਅਤੇ ਮੈਂ ਅਵਾਰਡ ਪ੍ਰਜੈਂਟ ਵੀ ਕਰਾਂ। ਅਤੇ ਮੁਹੰਮਦ ਇਜ਼ ਜਸਟ ਲਾਈਕ ਅ ਫੈਮਲੀ, ਅਤੇ ਇਹਨਾਂ ਦਾ ਨਿਊ ਐਸੋਸੀਏਸ਼ਨ ਸਟਾਰਟ ਹੋ ਰਿਹਾ ਹੇਅਰ ਵਿਦ ਹਰ ਵਿਦ ਅਰ ਟੀਮ ਹੇਅਰ ਇਨ ਪੰਜਾਬ। ਅਤੇ ਇਟਸ ਲਾਈਕ ਅ ਬਿਊਟੀਫੁਲ ਯੂ ਨੋ ਵੇਅਰ ਬੋਲੀਵੁੱਡ ਮੀਟਸ ਬੋਲੀਵੁੱਡ ਐਂਡ ਇਟਸ ਲਾਈਕ ਅ ਵੰਡਰਫੁਲ ਵੰਡਰਫੁਲ ਥਿੰਗ ਵਿਚ ਇਜ਼ ਹੈਪਨਿੰਗ ਇਨ ਬਿਟਵੀਨ IIA ਬੋਲੀਵੁੱਡ ਵਿਚ ਇਜ਼ ਪ੍ਰਜੈਂਟਡ ਬਾਏ ਮੁਹੰਮਦ ਐਂਡ IIA ਪੰਜਾਬ ਵਿਚ ਇਜ਼ ਰੀਪ੍ਰਜੈਂਟਡ ਬਾਏ ਰਿਸ਼ਿਤਾ ਰਾਣਾ। ਐਂਡ ਮੈਨੂੰ ਬਹੁਤ ਹੀ ਚੰਗਾ ਲੱਗ ਰਿਹਾ ਅਤੇ ਇਸ ਵਾਰ ਇਹਨਾਂ ਨੂੰ ਰਿਪ੍ਰਜੈਂਟ ਕਰਨ ਦੇ ਲਈ ਮੈਂ ਇੱਧਰ ਪੰਜਾਬ ਆਈ ਹਾਂ। ਆਫਕੋਰਸ ਪੰਜਾਬੀ ਕੁੜੀ ਹੈ ਅਤੇ ਪੰਜਾਬ 'ਤੇ ਆਉਣਾ ਬਣਦਾ ਹੀ ਹੈ। ਅਤੇ ਸਭ ਨੂੰ ਬਹੁਤ 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 ਧੰਨਵਾਦ ਕਿ ਤੁਸੀਂ ਇੰਨਾ ਪਿਆਰ ਦਿੱਤਾ ਬਿਗ ਬੋਸ ਵਿੱਚ। ਅਤੇ ਲੋਕ ਕਹਿੰਦੇ ਨੇ ਮਨਾਰਾ ਆਪਾਂ ਤੇਰੇ ਲਈ ਬਿਗ ਬੋਸ ਦੇਖਿਆ, ਅਤੇ ਉਹ ਸਾਰੇ ਲੋਕਾਂ ਨੂੰ ਬਹੁਤ ਬਹੁਤ ਧੰਨਵਾਦ, ਸਪੈਸ਼ਲੀ ਪੰਜਾਬ ਦੀ ਜਨਤਾ ਨੂੰ ਇੰਨਾ ਪਿਆਰ ਦੇਣ ਦੇ ਲਈ। ਅਤੇ ਹੁਣ ਓਕੇ, ਸੋ ਕ੍ਰਿਸਟਲ ਗੇਅਰਸ ਵਿੱਚ ਮਨਮੋਹਨ ਜੀ, ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਿ ਉਹਨਾਂ ਨੇ ਇੰਨੀ ਵੱਡੀ ਐਂਟੀਟੀ IIA ਬੋਲੀਵੁੱਡ ਨੂੰ ਪੰਜਾਬ ਲੈ ਕੇ ਆ ਰਹੇ ਨੇ। ਸੋ ਇਟਸ ਲਾਈਕ ਅ ਬਿਊਟੀਫੁਲ ਥਿੰਗ ਐਂਡ ਆਈ ਲੁੱਕ ਫੋਰਵਰਡ ਜਬ ਇਨਕਾ ਮੇਨ ਇਵੈਂਟ ਹੋਗਾ। ਆਈ ਵਾਂਟ ਟੂ ਸੀ ਦੈਟ ਧੂਮ ਧੜਾਕਾ ਜੋ ਪੰਜਾਬ ਮੇਂ ਹੋਤਾ ਹੈ ਇਨਾ ਆਨ ਅਵਾਰਡ ਫੰਕਸ਼ਨ। ਆਈ ਲੁੱਕ ਫੋਰਵਰਡ ਟੂ ਸੀ ਬਿਊਟੀਫੁਲ ਪਰਫਾਰਮੈਂਸਿਸ, ਵੰਡਰਫੁਲ ਸਿੰਗਰਸ and all the amazing artists from Punjab coming forward and getting an award, presenting. And I think more than getting or presenting an award, it's also about celebrating the industry. Te oh bada changa lagda hai, rola rappa majda hai, te punjabiyan nu vaise hi bada maza aunda hai, te main bhi look forward kar rahi hu. So I wish both of you all the very Thank best you. And yes, let's rock the show. IIA rocks. ਮੈਮ, ਜਿਸ ਤਰ੍ਹਾਂ ਤੁਸੀਂ ਬਾਰ ਬਾਰ ਬਿਗ ਬੋਸ ਦੀ ਚਰਚਾ ਕਰ ਰਹੇ ਹੋ, ਸਟਾਰਟਿੰਗ ਦੇ ਹੁਣ ਵੀ ਕੀਤੀ, ਤਾਂ ਕਿੱਦਾਂ ਲੱਗਦਾ ਸਾਰੀ ਟੀਮ ਤੁਹਾਡੀ ਬਹੁਤ ਬੈਸਟ ਕਰ ਰਹੀ ਹੈ? ਕੁਛ ਕੁਕਿੰਗ ਸ਼ੋਅਜ਼ ਚਲੇ ਗਏ ਹੈ ਔਰ ਕੁਛ ਖਤਰੋਂ ਦੇ ਖਿਲਾੜੀ ਦੀ ਵੀ ਚਲੀ ਗਈ ਹੈ, ਤਾਂ ਕਿਸ ਤਰ੍ਹਾਂ ਲੱਗਦਾ ਕਿ ਸਾਰੇ ਆਪਣੀ ਥਾਂ ਤੇ ਬੈਸਟ ਕਰ ਰਹੇ ਨੇ? ਕੁਛ ਸਿੰਗਲ ਟਰੈਕਸ ਕੱਢ ਰਹੇ ਲਾਈਕ ਜਿਵੇਂ ਤੁਸੀਂ ਵੀ ਕੱਢਿਆ, ਤਾਂ ਕਿੱਦਾਂ ਲੱਗਦਾ ਹੈ ਸਾਰੇ ਜੋ ਆਪਣੇ ਬੈਸਟ? ਮੈਨੂੰ ਚੰਗਾ ਲੱਗਦਾ ਹੈ, ਸਭ ਆਪਣੀ ਆਪਣੀ ਮੰਜ਼ਿਲ ਢੂੰਡ ਰਹੇ ਨੇ ਲਾਈਫ ਵਿੱਚ, ਅਤੇ ਮੈਂ ਵੀ ਆਪਣੀ ਮੰਜ਼ਿਲ ਦੇ ਯੂ ਨੋ ਵਟ ਐਵਰ ਆਈ ਐਸਪਾਇਰ ਟੂ ਡੂ ਆਮ ਡੂਇੰਗ ਦੈਟ। ਐਂਡ ਬਿਗ ਬੋਸ ਦੇ ਚੱਲਦੇ ਹੋਏ ਮੈਨੂੰ GQ ਅਵਾਰਡ ਮਿਲਿਆ, ਸੇ ਦਿਸ ਵਾਜ ਵਨ ਆਫ ਦਾ ਕਾਇੰਡ ਯੂ ਨੋ GQ 35 ਯੰਗ ਅਚੀਵਰਸ ਅਵਾਰਡ। ਸੋ ਦੈਟ ਵਾਜ ਯੂ ਨੋ ਬਿਗ ਬੋਸ ਕੀ ਵਜ੍ਹਾ ਸੇ ਮੈਂ ਇੰਟਰਨੈਸ਼ਨਲ ਲੈਵਲ 'ਤੇ ਵੀ ਬਹੁਤ ਜ਼ਿਆਦਾ ਰੈਕੋਗਨਾਈਜ਼ਡ ਹੋ ਗਈ ਐਂਡ ਆਈ ਐਮ ਲਵਿੰਗ ਮਾਈ ਜਰਨੀ ਆਫਟਰ ਦੈਟ। ਕਿੱਦਾਂ ਦਾ ਸ਼ੋਅ ਹੈ ਮੈਂ ਬਿਗ ਬੋਸ, ਕਿਉਂਕਿ ਸਲਮਾਨ ਸਰ ਹਰ ਵਾਰੀ ਹੋਸਟ ਕਰਦੇ ਹਨ, ਤੁਹਾਨੂੰ ਕਿੱਦਾਂ ਲੱਗਦਾ ਕਿ ਘਰ ਦੇ ਅੰਦਰ ਕਿੱਦਾਂ ਬੰਦਾ ਰਹਿੰਦਾ, ਉਹਦੇ ਨੇਚਰ ਘਰ ਦੇ ਅੰਦਰ ਕਿੱਦਾਂ ਦੀ ਰਹਿੰਦੀ ਹੈ? ਆਈ ਥਿੰਕ ਬਿਗ ਬੋਸ ਜਦੋਂ ਸਲਮਾਨ ਸਰ ਹੋਸਟ ਕਰਦੇ ਨੇ ਤਾਂ ਵਾਈਬ ਤਾਂ ਬਹੁਤ ਹੀ ਚੰਗੀ ਰਹਿੰਦੀ ਹੈ। ਮੈਨੂੰ ਤਾਂ ਹਮੇਸ਼ਾ ਹੀ ਇੰਤਜ਼ਾਰ ਰਹਿੰਦਾ ਸੀ ਕਿ ਕਦੋਂ ਯੂ ਨੋ ਵੀਕਐਂਡ ਦਾ ਵਾਰ ਆਵੇਗਾ ਅਤੇ ਮੈਂ ਸਲਮਾਨ ਸਰ ਦੇ ਨਾਲ ਪਰਫੋਰਮ ਕਰਾਂਗੀ ਔਰ ਇੰਟਰੈਕਟ ਕਰਾਂਗੀ। ਅਤੇ ਮੈਂ ਜਦੋਂ ਐਂਟਰੀ ਵੀ ਹੋਈ ਤਾਂ ਮੈਨੂੰ ਮੌਕਾ ਮਿਲਾ ਉਹਨਾਂ ਦੇ ਨਾਲ ਇੰਟਰੈਕਟ ਕਰਨ ਦਾ,
ਅਤੇ ਉਹਨਾਂ ਦੇ ਨਾਲ ਪਰਫੋਰਮ ਕਰਨ ਦਾ ਤਾਂ ਉਹਨਾਂ ਦੀ ਸਾਰੀ ਫੈਮਿਲੀ ਬਹੁਤ ਹੀ ਚੰਗੀ ਹੈ। ਅਤੇ ਬਿਗ ਬੋਸ ਕੇ ਬਾਰੇ ਵਿੱਚ ਗੱਲ ਕਰਾਂ ਤਾਂ ਇਸ ਤਰ੍ਹਾਂ ਦਾ ਪਲੇਟਫਾਰਮ ਹੈ ਜਿਹਦੀ ਮੈਂ ਕਹਿ ਸਕਦੀ ਹਾਂ ਤੁਸੀਂ ਓਰਿਜਨਲ ਹੋ ਅਤੇ ਸਭ ਵਧੀਆ ਹੈ। ਜੇ ਕਿਧਰੇ ਵੀ ਤੁਸੀਂ ਫੇਕ ਕਰਨ ਦੀ ਕੋਸ਼ਿਸ਼ ਕਰੀ ਤਾਂ ਲੋਕ ਯੂ ਨੋ ਦ ਆਡੀਅੰਸ ਹੂ ਇਜ਼ ਵਾਚਿੰਗ ਇਟ ਬੜੇ ਹੀ ਸਮਾਰਟ ਨੇ, ਉਹਨਾਂ ਨੇ ਕੈਚ ਕਰ ਲੈਣਾ ਅਤੇ ਤਾਂ ਤਾਂ ਉਹਨਾਂ ਨੇ ਤੁਹਾਨੂੰ ਛੱਡਣਾ ਨਹੀਂ। ਅਤੇ ਜਸਟ ਬੀ ਯੋਰ ਸੈਲਫ, ਓਰਿਜਨਲ ਰਹੋ ਅਤੇ ਰੈਸਟ ਇਜ਼ ਬੱਲੇ ਬੱਲੇ। ਮੈਮ ਰਿਸ਼ਤਾ ਰਾਣਾ ਜੀ ਇੱਥੇ ਬੈਠੇ ਹੋਏ ਨੇ, ਮੈਮ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਆ, ਅੱਜ ਦੀ ਜਿਹੜੀ ਬੈਠਕ ਰੱਖੀ ਗਈ ਆ, ਉਹਦੇ ਸਿਲਸਿਲੇ 'ਚ ਮੈਂ ਦੱਸ ਰਿਹਾ। ਇਹ ਇੰਟਰਨੈਸ਼ਨਲ ਆਈਕੋਨਿਕ ਅਵਾਰਡ ਹੈ, ਇਹ ਬੋਲੀਵੁੱਡ ਦੇ ਨਾਲ ਰਿਲੇਟਡ ਹੈ ਜੋ ਕਿ ਅਸੀਂ ਪੰਜਾਬ 'ਚ ਕਰਨ ਜਾ ਰਹੇ ਹਾਂ, ਜਿਹਦੇ 'ਚ ਮੇਰੇ ਦਿਲ 'ਚ ਸੀਗਾ ਸਾਡੇ ਜਿਵੇਂ ਅਸੀਂ ਪੰਜਾਬੀ ਕਲਚਰ ਨੂੰ ਅੱਗੇ ਵਧਾਵਾ ਦਿੰਦੇ ਹਾਂ ਕਿ ਅੱਗੇ ਵਧਣ ਜਾਂ ਕੁਛ ਵੀ ਹੈ। ਜਦੋਂ ਇਹਦੀ ਗੱਲ ਚੱਲ ਰਹੀ ਸੀ ਬੋਂਬੇ ਦੇ ਵਿੱਚ ਕਿ ਇੱਦਾਂ ਇੱਦਾਂ ਬੋਲੀਵੁੱਡ ਦੇ ਵਿੱਚ ਇੰਟਰਨੈਸ਼ਨਲ ਹੋ ਸਕਦਾ, ਕਹਿੰਦੇ ਅੱਜ ਤੱਕ ਹੋਇਆ ਤਾਂ ਨਹੀਂ ਹੈ, ਅਸੀਂ ਕਿਹਾ ਅਸੀਂ ਕਰਨਾ ਚਾਹੁੰਦੇ ਹਾਂ। ਇਹਨਾਂ ਨੇ ਵੀ ਬੜਾ ਅਗਰੈਸਿਵ ਕੀਤਾ, ਅਗਰੈਸਿਵਲੀ ਇਹਨਾਂ ਨੇ ਹਾਂ ਕੀਤੀ ਹੈ। ਮੈਨੂੰ ਬੜੀ ਖੁਸ਼ੀ ਹੋਈ ਜਦੋਂ ਮੈਂ ਇੱਥੇ ਆ ਕੇ ਗੱਲ ਕੀਤੀ ਹੈ ਜੀ ਪੰਜਾਬ ਨਾਲ ਕੀਤੀ। ਉਹਨਾਂ ਨੇ ਇੱਕ ਮਿੰਟ ਤੋਂ ਪਹਿਲਾਂ ਕਿਹਾ ਕਿ ਇਹ ਕਿਸੇ ਨੇ ਸੋਚਿਆ ਨਹੀਂ ਅੱਜ ਤੱਕ ਕਿ ਇੱਦਾਂ ਦਾ ਕੋਈ ਪਲੇਟਫਾਰਮ ਹੋਏ ਜਿੱਥੇ ਕਿ ਆਪਣੇ ਜਿਹੜੇ ਪੰਜਾਬ ਦੇ ਆਰਟਿਸਟ ਜਿਹੜੇ ਆ ਬਾਹਰ ਬੈਠੇ ਆ ਇੰਨੇ ਸਾਲਾਂ ਤੋਂ ਸਟਰਗਲ ਕਰ ਰਹੇ ਆ, ਉਹਨਾਂ ਦਾ ਸਾਨੂੰ ਫੇਸ ਹੀ ਨਹੀਂ ਪਤਾ, ਜਾਂ ਜਿਹੜੇ ਇੱਥੇ ਪੰਜਾਬ ਦੇ ਆਰਟਿਸਟ ਹੈ ਜੋ ਅੰਦਰ ਹੀ ਪੰਜਾਬ ਤੱਕ ਸੀਮਤ ਹੈ ਜਾਂ ਨੌਰਥ ਇੰਡੀਆ ਤੱਕ ਹੈ, ਉਹਨਾਂ ਦਾ ਵਰਲਡਵਾਈਡ ਨਹੀਂ ਹੈ, ਉੱਥੇ ਤੱਕ ਨਹੀਂ ਆ। ਅਸੀਂ ਇੱਕ ਬੈਰੀਅਰ ਜਿਹੜਾ ਸੀਗਾ ਉਹਨੂੰ ਹਟਾਇਆ ਕਿ ਇਹਦੇ ਜਿਹੜੇ ਵੀ ਆਰਟਿਸਟ ਹੈ ਇੱਕ ਤਰ੍ਹਾਂ ਇੱਕ ਰੂਪ ਦੇ ਅੰਦਰ ਆ ਕੇ ਇਕੱਠੇ ਹੋ ਜਾਣ। ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਮੈਂ ਇੱਧਰ ਗੱਲ ਕੀਤੀ ਹੈ ਬਿਗ ਐਫ ਐਮ ਨਾਲ, ਉਹਨਾਂ ਨੇ ਵੀ ਬੜਾ ਅਗਰੈਸਿਵ ਹੋ ਕੇ ਕਿਹਾ ਕਿ ਹਾਂਜੀ ਤੁਸੀਂ ਕਰੋ, ਅਸੀਂ ਇਹਦੇ ਨਾਲ। ਮੇਰੇ ਖਿਆਲ ਹੈ ਜਿੰਨੀਆਂ ਵੀ ਪੰਜ ਬੰਦਿਆਂ ਨੂੰ ਨਾਲ ਮੈਂ ਗੱਲ ਕੀਤੀ, ਉਹਨਾਂ ਨੇ ਨਾਲ ਹੀ ਜਵਾਬ ਦਿੱਤਾ ਕਿ ਹਾਂਜੀ ਤੁਸੀਂ ਇਹਨੂੰ ਕਰੋ, ਇੱਕ ਹੌਸਲਾ ਅਫਜ਼ਾਈ ਹੋ ਜਾਂਦੀ ਆ। ਉਸ ਤੋਂ ਬਾਅਦ ਅਸੀਂ ਇਹ ਡਿਸੀਜ਼ਨ ਲਿਆ ਆ, ਪਰ ਮਕੀ ਅਸੀਂ ਇਹ ਅਵਾਰਡ ਜਿਹੜਾ ਆ ਵਿਦ ਇਨ ਅਕਤੂਬਰ ਜਾਂ ਨਵੰਬਰ ਦੇ ਵਿੱਚ ਇਹਦੀ ਜਿਹੜੀ ਡੇਟ ਹੈਗੀ ਹੈ ਉਹ ਸਾਰਾ ਅਨਾਊਂਸ ਹੋ ਜੂਗਾ। ਇਹਦੇ ਵਿੱਚ ਜਿਹੜਾ ਬਿਗ ਰੋਲ ਹੈਗਾ ਜਾਂ ਸਭ ਕੁਛ ਹੈ, ਈਵੈਂਟ ਵੈਨਿਊ ਪਾਰਟਨਰ ਦਾ ਨਿਰਵਾਣਾ ਕਲੱਬ ਦਾ ਹੈ, ਜਦੋਂ ਇਹਨਾਂ ਨਾਲ ਗੱਲ ਕੀਤੀ ਆ ਉਹ ਵੀ ਬਹੁਤ ਖੁਸ਼ ਹੋਏ ਕਿ ਪੰਜਾਬੀ ਇਹਦੇ ਨਾਲ ਜੁੜਨ ਦਾ ਇੱਕੋ ਹੀ ਹੈ ਕਿ ਪੰਜਾਬੀ ਕਲਚਰ ਨੂੰ ਬੜਾਵਾ ਮਿਲੇਗਾ ਇਹਦੇ 'ਚ, ਪੰਜਾਬੀ ਕਲਚਰ ਦਾ ਸਾਰਾ ਕੁਛ। ਜੇ ਗੱਲ ਕਰੀਏ ਤਾਂ ਅਵਾਰਡ ਨੂੰ ਲੈ ਕੇ ਅੱਜ ਕੱਲ੍ਹ ਬੜਾ ਪੁੱਛਣ ਦੇ ਕਿ ਪੇਡ ਅਵਾਰਡ ਜਿਹੜੇ। ਹਾਂਜੀ ਬਿਲਕੁਲ, ਬਹੁਤ ਅੱਛੀ ਗੱਲ ਹੈ। ਤੁਸੀਂ ਅਗਰ ਜੀ ਪੋਰਟਲ ਦੇ ਉੱਤੇ ਜਾਓਗੇ ਉੱਥੇ ਸਕੋਰਿੰਗ ਹੋ ਰਹੀ ਹੈ, ਵੋਟਿੰਗ ਹੋ ਰਹੀ ਹੈ, ਇਹਦੀ ਨੋਮੀਨੇਸ਼ਨ ਆ ਰਹੀ ਆ, ਨੋਮੀਨੇਸ਼ਨ ਦੇ ਵਿੱਚ ਫੋਰਮ ਭਰੇ ਜਾ ਰਹੇ ਆ, ਜੋ ਜੋ ਹੈ ਸਾਰਾ ਜੀ ਪੋਰਟਲ ਦੇ ਉੱਤੇ ਜਾ ਰਿਹਾ। ਇਹਦੇ ਜਿਹੜੇ ਅਵਾਰਡ ਦੀ ਲਿਸਟ ਹੈ ਔਰ ਉਹਦੀ ਜਿਹੜੀ ਲਿਸਟ ਦੇ ਜਿਹੜੇ ਪ੍ਰਾਈਜ਼ ਹੈ ਜਾਂ ਕੁਛ ਵੀ ਹੈ ਉਹ ਸਾਰੇ ਜੀਓ ਦੇ ਹੱਥ ਹੈ, ਉਹ ਸਾਰੀ ਜੀਓ ਦੇ ਹੱਥ ਹੈ, ਉਹ ਸਾਰੀ ਬੋਂਬੇ ਹੈ, ਉਹ ਇੰਟਰਨੈਸ਼ਨਲ 'ਤੇ ਹੈ। ਇੱਥੇ ਆਪਣੇ ਪੰਜਾਬ ਦੇ ਆਰਟਿਸਟ ਨਹੀਂ ਹੈ, ਬੋਲੀਵੁੱਡ ਦੇ ਆਰਟਿਸਟ ਵੀ ਹੈ, ਅਫਰੀਕਾ ਤੋਂ ਵੀ ਹੈ, ਯੂਕੇ ਤੋਂ ਵੀ ਹੈ, ਆਸਟ੍ਰੇਲੀਆ ਤੋਂ ਵੀ ਹੈ, ਸਾਰੇ ਜਿਹੜੇ ਵੀ ਪੰਜਾਬੀ ਕਲਚਰ ਦੇ ਨਾਲ ਰਿਲੇਟਿਡ ਹੈ, ਪੰਜਾਬੀ ਦੇ ਨਾਲ ਸੱਭਿਆਚਾਰ ਨਾਲ ਰਿਲੇਟਿਡ ਹੈ, ਅਲੱਗ ਅਲੱਗ ਵਰਡ ਦੇ ਵਿੱਚ ਜਿੱਥੇ ਵੀ ਬੈਠੇ ਆ ਉੱਥੇ ਆਏ। ਕੁਛ ਨਾਮ ਰਾਣਾ ਜੀ ਨੇ ਦੱਸਿਆ ਆ, ਕਾਫੀ ਸਾਡੇ ਕੋਲ ਟਾਰਗੇਟ ਹੈ ਕਿ 88 ਆਰਟਿਸਟ ਦਾ, ਲੇਕਿਨ ਸਾਡੇ ਕੋਲ ਕਨਫਰਮੇਸ਼ਨ ਦੇ ਰਹੀ ਆ 58 ਤੋਂ ਉੱਪਰ ਈਮੇਲ 'ਤੇ ਆ ਚੁੱਕੀ ਹੈ ਕਿ ਇਹ ਸਾਡੇ ਮਤਲਬ ਕਿ ਜੋ ਵੀ ਸਾਡਾ ਕਨਫਰਮੇਸ਼ਨ ਹੈ ਉਹ ਆ ਚੁੱਕੀ ਹੈ, ਲੇਕਿਨ ਜਿਹੜੇ ਵੀ ਹੈ ਜਿਵੇਂ 5 ਸਟਾਰ ਹੈ, ਬੈਸਟ ਡਾਇਰੈਕਟਰ, ਬੈਸਟ ਐਕਟਰ, ਬੈਸਟ ਸਿੰਗਰ ਹੈ, ਬੈਸਟ ਪਲੇਬੈਕ ਸਿੰਗਰ ਹੈ, ਇਹ ਸਾਰੀ ਜਿਹੜੀ ਨੋਮੀਨੇਸ਼ਨ ਹੈ ਉਹ ਸਾਰੀ ਜੀਓ ਕੋਲ ਹੈ। ਇੰਟਰਨੈਸ਼ਨਲ ਆਈਕੋਨਿਕ ਅਵਾਰਡ ਕਰਨ ਜਾ ਰਹੇ ਹਾਂ, ਇਹ ਆਪਾਂ ਕੋਈ ਪੋਜ਼ਿਟਿਵ ਲਈਓ, ਕੋਈ ਪੰਜਾਬ ਦਾ ਜਾਂ ਲੁਧਿਆਣੇ ਦਾ ਅਵਾਰਡ ਸ਼ੋਅ ਨਹੀਂ ਹੈ। ਇਹਦੇ 'ਚ ਜਿਹੜਾ ਵੀ ਪ੍ਰਾਈਜ਼ ਹੈ, ਬੜੇ ਅੱਛਾ ਕੁਐਸਚਨ ਹੈ, ਇਹ ਸਾਰੀ ਜਿਹੜੀ ਨੋਮੀਨੇਸ਼ਨ ਹੈ ਉਹ ਜਿਹੜੀ ਸਾਰੀ ਜਿਹੜੀ ਸਿਲੈਕਸ਼ਨ ਹੈ ਉਹ ਜੀਓ ਦੇ ਹੱਥ ਹੈ, ਔਨਲਾਈਨ ਬਿਲਕੁਲ ਟ੍ਰਾਂਸਪੇਰੈਂਟ।
ਇਹਨਾਂ ਨੂੰ ਅਰਨ ਕਰਨ ਇੰਡੀਆ ਦੇ ਜਿਹੜੇ ਮੇਨ ਵਾਈਸ ਚੇਅਰਮੈਨ ਜੀਓ ਦੇ ਆ ਰਹੇ ਆ, Z5 ਦੇ ਇੰਡੀਆ ਲੈਵਲ 'ਤੇ ਆ ਰਹੇ ਆ, ਸਾਡੇ ਕੁਛ ਬਿਗ ਕਾਰਪੋਰੇਟ ਨਾਲ ਵੀ ਗੱਲ ਚੱਲੀ ਹੈ। ਮੇ ਬੀ ਮੈਂ ਨਾਮ ਜਿੱਦਾਂ ਮਹਿੰਦਰਾ ਹੈ ਜਾਂ ਟਾਟਾ ਹੈ, ਮਗਰ ਜੋ ਵੀ ਹੈ ਮੈਂ ਕਨਫਰਮੇਸ਼ਨ ਜਿਨ੍ਹਾਂ ਦੀ ਹੋਏਗੀ ਉਹ ਪਹਿਲੇ ਦਾ ਜਦੋਂ ਵੀ ਡੇਟ ਡਿਕਲੇਅਰ ਹੋਏਗੀ ਬਕਾਇਦਾ ਆਰਟਿਸਟ ਦੇ ਨਾਮ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬਕਾਇਦਾ ਪ੍ਰੈਸ ਮੀਡੀਆ ਨੂੰ ਦੱਸੇ ਜਾਣ, ਜਿਨ੍ਹਾਂ 'ਚ 5-6 ਦੀਆਂ ਤਾਂ ਆਲਰੇਡੀ ਕਨਫਰਮੇਸ਼ਨ ਆ ਚੁੱਕੀ ਹੈ ਜਿਹੜੀ ਰਿਟਰਨ ਦੇ ਵਿੱਚ ਹੈ ਕਿ ਡਨ ਹੈ। 47 ਨੇ ਇੰਟਰਸਟ ਗਾਇਆ, 58 ਤੱਕ ਸਾਡੇ ਜਿਹੜੇ ਆਰਟਿਸਟ ਹੈ ਜਿਹਦੇ ਵਿੱਚੋਂ ਸਾਨੂੰ ਥੋੜ੍ਹਾ ਜਿਹਾ ਇਹ ਹੋ ਰਿਹਾ ਕਿ 11 ਜਾਂ 12 ਸਿਰਫ ਪੰਜਾਬ ਦੇ, ਬਾਕੀ ਸਾਰੇ ਹੀ ਪੰਜਾਬ ਤੋਂ ਬਾਹਰ ਦੇ ਆ। 7 ਬੰਦੇ ਤਾਂ ਸਿੱਧੇ ਆਸਟ੍ਰੇਲੀਆ ਦੇ ਆ ਜਿਹੜੇ ਪੰਜਾਬੀ ਕਲਚਰ ਨਾਲ ਰਿਲੇਟਡ ਆ। ਥੈਂਕ ਯੂ ਸਾਰਿਆਂ ਨੂੰ। ਮੈਂ ਤੁਹਾਡੀ ਆਪਣੀ ਰਿਸ਼ੀਤਾ ਰਾਣਾ, ਫਾਊਂਡਰ ਆਫ ਆਰ ਆਰ ਪ੍ਰੋਡਕਸ਼ਨਸ, ਬ੍ਰੈਂਡ ਐਂਬੈਸਡਰ ਆਫ ਕ੍ਰਿਸਟਲ ਸਵਿੱਚ ਗੇਅਰ ਐਂਡ ਵਾਈਸ ਚੇਅਰਮੈਨ ਆਫ ਬਸਤੀ ਵਿਕਾਸ ਬੋਰਡ। ਅੱਜ ਅਸੀਂ ਆਏ ਸੀ ਨਿਰਵਾਣਾ ਹੋਟੇਲ 'ਚ ਇੰਟਰਨੈਸ਼ਨਲ ਆਈਕੋਨਿਕ ਅਵਾਰਡਸ ਬੋਲੀਵੁੱਡ ਸੀਜ਼ਨ 1 ਦੀ ਪ੍ਰੈਸ ਕਾਨਫਰੰਸ ਰਿਲੇਟਡ। ਇਹ ਪ੍ਰੈਸ ਕਾਨਫਰੰਸ ਅਸੀਂ ਕੀਤੀ ਸੀ ਦੱਸਣ ਨੂੰ ਕਿ ਅਸੀਂ ਇੱਕ ਇੰਟਰਨੈਸ਼ਨਲ ਆਈਕੋਨਿਕ ਅਵਾਰਡਸ ਲੈ ਕੇ ਆ ਰਹੇ ਹਾਂ ਸਪੈਸ਼ਲੀ ਬੋਲੀਵੁੱਡ ਸੈਲੀਬ੍ਰਿਟੀਜ਼ ਲਈ, ਐਂਡ ਨਾਲ ਹੀ ਇਕੱਲੇ ਬੋਲੀਵੁੱਡ ਸੈਲੀਬ੍ਰਿਟੀਜ਼ ਨਹੀਂ, ਇਹਦੇ ਵਿੱਚ ਸਾਡੇ ਨਾਲ ਬੋਲੀਵੁੱਡ ਅਤੇ ਇੰਟਰਨੈਸ਼ਨਲ ਆਰਟਿਸਟ ਵੀ ਜੁੜਨ ਜਾ ਰਹੇ ਹੈ। ਅਸੀਂ ਦੇਖਿਆ ਕਈ ਸਾਡੇ ਬੋਲੀਵੁੱਡ ਅਵਾਰਡਸ ਹੁੰਦੇ ਹੈ ਸਾਡੇ ਪੰਜਾਬ ਦੇ ਵਿੱਚ ਮੋਹਾਲੀ ਚੰਡੀਗੜ੍ਹ, ਲੇਕਿਨ ਇੱਕ ਐਸਾ ਅਵਾਰਡ ਨਾਈਟ ਜਿਹਦੇ ਵਿੱਚ ਬੋਲੀਵੁੱਡ ਦੇ ਉਹ ਸੈਲੀਬ੍ਰਿਟੀਜ਼ ਵੀ ਸ਼ਾਮਿਲ ਹੋਣਗੇ ਜਿਨ੍ਹਾਂ ਦਾ ਬੈਕਗਰਾਊਂਡ ਪਿੱਛੋਂ ਪੰਜਾਬੀ ਸੀ ਲੇਕਿਨ ਅੱਜ ਉਹ ਕੰਮ ਬੋਲੀਵੁੱਡ ਦੇ ਵਿੱਚ ਕਰ ਰਿਹਾ। ਸਾਡੇ ਕੋਲ ਇੱਦਾਂ ਦੇ ਬਹੁਤ ਆਰਟਿਸਟ ਨੇ ਜਿਹੜੇ ਬਿਲੋਂਗ ਪੰਜਾਬ ਤੋਂ ਕਰਦੇ ਨੇ ਲੇਕਿਨ ਅੱਜ ਬੋਲੀਵੁੱਡ 'ਚ ਕੰਮ ਕਰ ਰਹੇ ਆ, ਤਾਂ ਬੇਸਿਕਲੀ ਅਸੀਂ ਉਹਨਾਂ ਨੂੰ ਵੀ ਇੱਕ ਇੰਟਰਨੈਸ਼ਨਲ ਆਈਕੋਨਿਕ ਅਵਾਰਡਸ ਦੇ ਥਰੂ ਇੱਕ ਜਗ੍ਹਾ 'ਤੇ ਇਕੱਠਾ ਕਰਨਾ ਚਾਹੁੰਦੇ ਹਾਂ ਅਤੇ ਉਹਨਾਂ ਨੂੰ ਅਵਾਰਡ ਦੇ ਥਰੂ ਇੱਕ ਸਨਮਾਨ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਪੰਜਾਬ ਦਾ ਨਾਮ ਇੰਨੀ ਜਗ੍ਹਾ ਰੋਸ਼ਨ ਕੀਤਾ, ਨੈਸ਼ਨਲ ਲੈਵਲ 'ਤੇ ਰੋਸ਼ਨ ਕੀਤਾ ਜਾਂ ਇੰਟਰਨੈਸ਼ਨਲ ਲੈਵਲ 'ਤੇ ਰੋਸ਼ਨ ਕੀਤਾ। ਅੱਜ ਦੇ ਜੋ ਸਾਡੇ ਪੰਜਾਬੀ ਆਰਟਿਸਟ ਨੇ ਉਹ ਪੂਰੇ ਇੰਟਰਨੈਸ਼ਨਲ ਲੈਵਲ 'ਤੇ ਪਹੁੰਚ ਗਏ ਨੇ, ਅਤੇ ਸਾਡਾ ਵੀ ਇਹ ਫਰਜ਼ ਬਣਦਾ ਕਿ ਉਹਨਾਂ ਦਾ ਜਿਹੜਾ ਆਪਾਂ ਸਨਮਾਨ ਕਰਨਾ ਉਸ ਲੈਵਲ ਤੱਕ ਕਰੀਏ। ਐਂਡ ਇਸ ਲੈਵਲ ਨੂੰ ਲਿਆਉਣ ਲਈ ਸਾਡੀ ਸਭ ਤੋਂ ਜ਼ਿਆਦਾ ਹੈਲਪ ਕ੍ਰਿਸਟਲ ਸਵਿੱਚ ਗੇਅਰ ਨੇ ਕੀਤੀ ਹੈ, ਨਾਲ ਹੀ Z5 ਜੁੜ ਗਿਆ ਸਾਡੇ ਨਾਲ, ਨਾਲ ਹੀ ਜੀਓ ਅਤੇ ਬਿਗ FM ਜਿਹੜਾ ਸਾਨੂੰ ਸਪੋਰਟ ਕਰ ਰਿਹਾ ਹੈ ਇਸ ਅਵਾਰਡ ਨਾਈਟ ਨੂੰ ਇੰਨੇ ਵੱਡੇ ਲੈਵਲ 'ਤੇ ਲੈ ਕੇ ਜਾਣ ਲਈ। ਥੈਂਕ ਯੂ। ਹੋ ਰਿਹਾ ਕੌਣ ਕੌਣ ਆ ਰਿਹਾ ਇਹਦੇ 'ਚ? ਮੈਂ ਡੇਟ ਜਿਹੜੀ ਹੈ ਟੂ ਬੀ ਅਨਾਊਂਸਡ ਹੈ, ਵਿਦਇਨ 2-3 ਡੇਜ਼ ਅਸੀਂ ਅਨਾਊਂਸ ਕਰਨ ਜਾ ਰਹੇ ਹਾਂ। ਇਹਦੇ 'ਚ ਬੋਲੀਵੁੱਡ ਦੇ ਸਾਰੇ ਸੈਲਿਬਸ ਹੈ, ਬੋਲੀਵੁੱਡ ਦੇ ਵੀ ਉਹ ਸੈਲੀਬ੍ਰਿਟੀਜ਼ ਆ ਰਹੇ ਜਾਂ ਆਰਟਿਸਟ ਆ ਰਹੇ ਨੇ ਜਿਹੜੇ ਪਿਛਲਾ ਉਹਨਾਂ ਦਾ ਬੈਕਗਰਾਊਂਡ ਪੰਜਾਬ ਦਾ ਹੈ ਅਤੇ ਆਪਣੇ ਆਪਣੇ ਫੀਲਡ ਦੇ ਵਿੱਚ ਉਹ ਬਹੁਤ ਅਚੀਵਮੈਂਟਸ ਲੈ ਚੁੱਕੇ ਨੇ, ਲਾਈਕ ਬੋਲੀਵੁੱਡ ਦੇ ਵਿੱਚ ਕੰਮ ਕਰ ਚੁੱਕੇ ਨੇ। ਉਹਦੇ ਨਾਲ ਨਾਲ ਇਕੱਲਾ ਇਹ ਹੀ ਨਹੀਂ, ਆਪਾਂ ਇੰਟਰਨੈਸ਼ਨਲ ਆਰਟਿਸਟ ਲੈ ਕੇ ਆ ਰਹੇ ਹਾਂ ਆਪਣੀ ਇਸ ਅਵਾਰਡ ਨਾਈਟ 'ਤੇ, ਬਿਕੋਜ਼ ਇੰਟਰਨੈਸ਼ਨਲ ਆਈਕੋਨਿਕ ਅਵਾਰਡਸ ਮੀਨਸ ਅੰਤਰਰਾਸ਼ਟਰੀ, ਅਸੀਂ ਇਹਨੂੰ ਉਸ ਲੈਵਲ 'ਤੇ ਲੈ ਕੇ ਜਾ ਰਹੇ ਹਾਂ। ਇੰਟਰਨੈਸ਼ਨਲੀ ਵੀ ਸਾਡੇ ਕੁਛ ਆਰਟਿਸਟ ਆ ਰਹੇ ਹੈ, ਤਨਜ਼ਾਨੀਅਨ ਰੈਪਰ ਜਿੱਦਾਂ ਦੱਸਿਆ ਸੀਗਾ ਉਹ ਆ ਰਹੇ ਨੇ, ਤਾਂ ਮਤਲਬ ਅਲੱਗ ਅਲੱਗ ਫੀਲਡ ਤੋਂ ਆਪਾਂ ਲੈ ਕੇ ਆ ਰਹੇ ਹਾਂ। ਕਲੀਅਰ ਨਹੀਂ ਕਰ ਰਹੇ ਤੁਸੀਂ ਵੀ ਕੌਣ ਆ ਰਹੇ ਨੇ, ਕਲੀਅਰ ਤਾਂ ਕਰ ਦਿਓ। ਮੈਂ ਜਿੱਦਾਂ ਹੁਣ ਦੇਖੋ ਸਾਡੇ ਕੋਲ ਕਿੰਨੇ ਸਾਰੇ ਨਾਮ ਆ, ਵੀ ਹੈਵ ਲੋਟ ਆਫ ਲਿਸਟ ਦੇ ਨਾਮ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਨਾਮ ਨੇ, ਅਤੇ ਇਕੱਲੇ ਇਕੱਲੇ ਤਾਂ ਮੇਰੇ ਨਹੀਂ ਦੱਸ ਸਕਦੀ, ਲੇਕਿਨ ਹਾਂ ਕੁਛ ਨਾਮ ਮੈਂ ਦੱਸ ਸਕਦੀ ਹਾਂ ਬੋਲੀਵੁੱਡ ਤੋਂ। ਹੁਣ ਦੇਖੋ ਸਨੀ ਲਿਓਨ ਜੀ ਵੀ ਆ ਰਹੇ ਆ ਸਾਡੇ ਈਵੈਂਟ ਦੇ ਵਿੱਚ, ਉਹਨਾਂ ਦੀ ਵੀ ਕੰਫਰਮੇਸ਼ਨ ਆ ਗਈ ਹੈ। 2-3 ਆਰਟਿਸਟ ਹੈ ਜਿਹੜੇ ਤੁਹਾਡੇ ਲਈ ਸਰਪ੍ਰਾਈਜ਼ ਰੱਖੇ ਹੋਏ ਆ, ਅਤੇ ਉਸ ਤੋਂ ਬਾਅਦ ਇੰਟਰਨੈਸ਼ਨਲੀ ਵੀ ਸਾਡੇ ਇੱਕ ਰੈਪਰ ਨੇ, ਉਹਨਾਂ ਨੇ ਆਪਣੇ ਇੰਡੀਆ ਦੇ ਨਾਲ ਨੋਰਾ ਜੀ ਨਾਲ ਕੰਮ ਕੀਤਾ ਹੋਇਆ, ਸੋ ਵੀ ਆਰ ਵਰਕਿੰਗ ਟੂ ਹੈਵ ਹਿਮ ਇਨ ਦਿਸ ਪਲੇਸ। ਜੀ ਜੀ ਜੀ
ਅੱਜ ਦੀ ਦੇਖੋ ਜਿਹੜੀ ਕਾਨਫਰੰਸ ਸੀਗੀ ਉਹ ਇੱਕ ਅਵਾਰਡ ਨੂੰ ਲੈ ਕੇ ਰਿਲੇਟਡ ਸੀ, ਹੈ ਨਾ। ਜਿੱਦਾਂ ਬਹੁਤ ਸਾਰੇ ਅਵਾਰਡ ਆਉਂਦੇ ਨੇ, ਪਰ ਇਹ ਇੱਕ ਇੰਟਰਨੈਸ਼ਨਲ ਆਈਕੋਨ ਅਵਾਰਡ ਹੋਣ ਜਾ ਰਿਹਾ, ਜਿਹੜਾ ਮੈਨੂੰ ਲੱਗਦਾ ਫਸਟ ਟਾਈਮ ਹੋਣ ਜਾ ਰਿਹਾ। ਅਤੇ ਬਹੁਤ ਵਧੀਆ ਗੱਲ ਆ, ਜਿੱਦਾਂ ਕਿ ਆਪਾਂ ਗੱਲਾਂ ਕਰਦੇ ਹਾਂ ਕਿ ਕਿਸੇ ਵੀ ਆਰਟਿਸਟ ਦੇ ਕੰਮ ਨੂੰ ਇੱਕ ਅਵਾਰਡ ਦੀ ਬਹੁਤ ਜ਼ਰੂਰਤ ਹੁੰਦੀ ਆ, ਕਿਉਂਕਿ ਜਿਹੜਾ ਉਹਦਾ ਹੌਸਲਾ ਹੋਰ ਜ਼ਿਆਦਾ ਵੱਧ ਜਾਂਦਾ, ਹੈ ਨਾ। ਅਤੇ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਕਿਸੇ ਬੰਦੇ ਦੀ ਮਿਹਨਤ ਹੁੰਦੀ ਆ ਤਾਂ ਉਹਨੂੰ ਉਹਦਾ ਹੱਕ ਜ਼ਰੂਰ ਮਿਲਣਾ ਚਾਹੀਦਾ। ਅਤੇ ਜਿਹੜੇ ਇੱਦਾਂ ਦੇ ਅਵਾਰਡ ਸ਼ੋਅ ਹੁੰਦੇ ਆ, ਇਹ ਅਵਾਰਡ ਜਿਹੜੇ ਹੁੰਦੇ ਆ ਹੋਰ ਜ਼ਿਆਦਾ ਹੌਸਲੇ ਬੁਲੰਦ ਕਰਦੇ ਆ, ਅਤੇ ਇੱਕ ਆਰਟਿਸਟ ਨੂੰ ਲੱਗਦਾ ਅਸੀਂ ਹੋਰ ਜ਼ਿਆਦਾ ਕੰਮ ਕਰੀਏ। ਲੱਗਦਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਟੈਲੈਂਟ ਬਹੁਤ ਹੈ, ਪੰਜਾਬ ਨੂੰ ਲੋੜ ਸੀ ਅਜਿਹੇ ਇੱਕ ਪ੍ਰੋਗਰਾਮ ਦੀ, ਇੱਕ ਪਲੇਟਫਾਰਮ ਦੀ। ਬਿਲਕੁਲ ਜੀ, ਪੰਜਾਬ ਦੇ ਵਿੱਚ ਬਹੁਤ ਟੈਲੈਂਟ ਹੈ। ਬਿਲਕੁਲ, ਅੱਜ ਕੱਲ੍ਹ ਜਿਹੜੇ ਕੁੜੀਆਂ ਮੁੰਡੇ ਤੁਸੀਂ ਆ ਰਹੇ ਨੇ, ਤੁਸੀਂ ਦੇਖੋ ਉਹ ਸਿੱਖੇ ਸਿਖਾਏ ਆ ਰਹੇ ਨੇ, ਹੈ ਨਾ। ਪਹਿਲਾਂ ਇੱਕ ਟਾਈਮ ਹੁੰਦਾ ਸੀ ਜਦੋਂ ਥੀਏਟਰ ਕਰਨ ਦੀ ਲੋੜ ਪੈਂਦੀ ਹੁੰਦੀ ਸੀ, ਹੁਣ ਅੱਜ ਕੱਲ੍ਹ ਮਤਲਬ ਇੱਕ ਤੁਹਾਡਾ ਫੋਨ ਤੁਹਾਡਾ ਗੁਰੂ ਆ। ਤੁਸੀਂ ਇੱਕ ਕੈਮਰਾ ਘਰ ਦੇ ਵਿੱਚ ਰੱਖੋ, ਤੁਸੀਂ ਐਕਟਿੰਗ ਕਰੋ ਤਾਂ ਤੁਸੀਂ ਕਿੰਨਾ ਕੋਈ ਸਿੱਖ ਜਾਂਦੇ ਹੋ, ਤੁਹਾਡੇ 'ਚ ਕਿੰਨਾ ਕੌਨਫੀਡੈਂਸ ਆਉਂਦਾ। ਅਤੇ ਮੈਨੂੰ ਵਧੀਆ ਲੱਗਦਾ ਜਦੋਂ ਮੈਂ ਨਵਾਂ ਨਵਾਂ ਟੈਲੈਂਟ ਦੇਖਦੀ ਹਾਂ, ਅਤੇ ਸਾਡੇ ਵਰਗੇ ਆਰਟਿਸਟਾਂ ਨੂੰ ਜਿਹੜੇ ਇੰਨੇ ਸਾਲ ਦੇ ਮਿਹਨਤ ਕਰਦੇ ਆ, ਜਦੋਂ ਇੱਦਾਂ ਦੇ ਅਵਾਰਡ ਸ਼ੋਅ ਹੁੰਦੇ ਆ, ਅਸੀਂ ਸਾਰੇ ਇਕੱਠੇ ਹੁੰਦੇ ਹਾਂ, ਕਿਉਂਕਿ ਮੈਨੂੰ ਲੱਗਦਾ ਹੁੰਦਾ ਅਸੀਂ ਸਾਰੇ ਆਰਟਿਸਟ ਇੱਕ ਭੈਣ ਭਰਾ ਹੀ ਹਾਂ, ਹੈ ਨਾ, ਸਾਡੀ ਫੈਮਿਲੀ ਆ। ਅਸੀਂ ਇੰਨਾ ਟਾਈਮ ਸਾਡੀ ਫੈਮਿਲੀ ਨਾਲ ਹੀ ਸਪੈਂਡ ਕਰਦੇ ਜਿੰਨਾ ਅਸੀਂ ਆਪਸ ਦੇ ਵਿੱਚ ਕਰਦੇ ਹਾਂ। ਅਤੇ ਜਦੋਂ ਸਾਰਾ ਸਾਡਾ ਪਰਿਵਾਰ ਬੈਠਾ ਹੁੰਦਾ ਅਤੇ ਕਿਸੇ ਦਾ ਮਾਣ ਸਨਮਾਨ ਹੁੰਦਾ, ਉਸ ਤੋਂ ਵੱਡੀ ਗੱਲ ਮੈਨੂੰ ਨਹੀਂ ਲੱਗਦਾ ਕੋਈ ਹੋਣੀ ਆ। ਅਤੇ ਇਸ ਅਵਾਰਡ ਦੀ ਮੈਂ ਗੱਲ ਕਰਾਂ, ਇਹ ਇਸ ਕਰਕੇ ਸਪੈਸ਼ਲ ਆ ਕਿਉਂਕਿ ਇਸ ਅਵਾਰਡ ਦੇ ਵਿੱਚ ਬਾਲੀਵੁੱਡ ਤੋਂ ਵੀ ਸਾਰੇ ਜਾਣੇ ਆਉਣਗੇ, ਤਾਂ ਬਾਲੀਵੁੱਡ ਵਾਲਿਆਂ ਨੂੰ ਪਤਾ ਚੱਲੂ ਕਿ ਹਾਂ ਪੰਜਾਬ ਦੇ ਵਿੱਚ ਵੀ ਆਹ ਆਰਟਿਸਟ ਨੇ, ਅਤੇ ਇੱਦਾਂ ਦੇ ਇੱਥੋਂ ਦੇ ਅਵਾਰਡ ਹੋ ਸਕਦੇ ਆ ਪੰਜਾਬ ਦੇ ਵਿੱਚ ਵੀ। ਜਿਸ ਤਰ੍ਹਾਂ ਪਹਿਲਾਂ ਦੁਬਈ ਦੇ ਵਿੱਚ ਗਿਆ ਸੀ ਹੋਈ ਆ, ਅਤੇ ਹੁਣ ਜਦੋਂ ਲੁਧਿਆਣਾ ਚੁਣਿਆ ਗਿਆ, ਲੱਗਦਾ ਕਿ ਲੁਧਿਆਣਾ ਦਾ ਵੀ ਮਾਣ ਵਧੂਗਾ, ਜੋ ਲੁਧਿਆਣਾ ਦਾ ਜਿਹੜਾ ਨਾਮ ਆ ਲੁਧਿਆਣਾ ਦਾ। ਦੇਖੋ ਜੇ ਮੈਂ ਗੱਲ ਕਰਾਂ ਤਾਂ ਉਹਦਾ ਸਾਰਾ ਜਿਹੜਾ ਸਿਹਰਾ ਜਾਂਦਾ RR ਪ੍ਰੋਡਕਸ਼ਨ, ਰਸ਼ਿਤਾ ਅਤੇ ਕ੍ਰਿਸਟਲ ਨੂੰ, ਹੈ ਨਾ, ਉਹਨਾਂ ਦੀ ਪੂਰੀ ਟੀਮ ਨੂੰ, ਅਤੇ ਬਾਕੀ ਵੀ ਜਿਹੜੇ ਨਾਲ ਸਾਡੇ ਸਪੋਂਸਰ ਜੁੜੇ ਹੋਏ ਨੇ, ਜਿੱਦਾਂ ਜ਼ੀ ਦੀ ਗੱਲ ਕਰੀਏ, ਹੈ ਨਾ, ਬਾਕੀ ਸਾਰੇ ਨੇ ਉਹ ਜੁੜੇ ਹੋਏ, ਉਹਨਾਂ ਦੇ ਸਾਰਿਆਂ ਦੇ ਹੌਂਸਲੇ ਕਰਕੇ ਐਡਾ ਵੱਡਾ ਕਦਮ ਚੱਕਿਆ ਜਾ ਰਿਹਾ ਕਿ ਲੁਧਿਆਣੇ ਦੇ ਵਿੱਚ ਇਹ ਅਵਾਰਡ ਰੱਖਿਆ ਜਾ ਰਿਹਾ। ਥੈਂਕ ਯੂ ਸੋ ਮੱਚ।